ਤਾਂ ਹੈਲੋ ਹਾਂਜੀ ਦੋਸਤੋ, ਕੀ ਹਾਲ ਚਾਲ ਨੇ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਦੋਸਤੋ, ਹਾਜ਼ਰ ਹੋ ਚੁੱਕੇ ਹਾਂ ਇੱਕ ਹੋਰ ਨਵੀਂ ਅਪਡੇਟ ਲੈ ਕੇ, ਜਿੱਥੇ ਕਿ ਦੋਸਤੋ ਇਸ ਸਮੇਂ ਦੀ ਵੱਡੀ ਖਬਰ। ਅੱਜ ਪੰਜਾਬੀ ਗਾਇਕ ਸਿੱਪੀ ਗਿੱਲ ਪੁਲਿਸ ਕਮਿਸ਼ਨਰ ਦਫ਼ਤਰ ਲੁਧਿਆਣਾ ਵਿਖੇ ਪਹੁੰਚੇ ਸਨ। ਅਤੇ ਦੋਸਤੋ, ਇਸ ਮੌਕੇ 'ਤੇ ਮੀਡੀਆ ਦੇ ਵੱਲੋਂ ਸਿੱਪੀ ਗਿੱਲ ਦੀ ਫੋਰਸ ਗੁਰਖਾ ਕਾਰ ਦੇ ਕਾਲੇ ਸ਼ੀਸ਼ੇ ਕਰਵਾਉਣ 'ਤੇ ਸਵਾਲ ਪੁੱਛੇ ਗਏ, ਤਾਂ ਇਸ ਮੌਕੇ 'ਤੇ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਕਿਹਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਅਤੇ ਜਿਸ ਦੇ ਕਾਰਨ ਉਹ ਪੁਲਿਸ ਨੂੰ ਅੱਜ ਆਪਣੀ ਸ਼ਿਕਾਇਤ ਦਰਜ ਕਰਵਾਉਣ ਆਏ ਸਨ। ਪਰੰਤੂ ਦੋਸਤੋ, ਇਸ ਮੌਕੇ 'ਤੇ ਮੀਡੀਆ ਦੇ ਵੱਲੋਂ ਸਿੱਪੀ ਗਿੱਲ ਨੂੰ ਉਹਨਾਂ ਦੀ ਗੱਡੀ ਦੇ ਕਾਲੇ ਸ਼ੀਸ਼ੇ ਕਰਵਾਉਣ 'ਤੇ ਸਵਾਲ ਪੁੱਛੇ ਗਏ। ਅਤੇ ਦੋਸਤੋ, ਇਸ ਮੌਕੇ 'ਤੇ ਸਿੱਪੀ ਗਿੱਲ ਨੇ ਕੀ ਕਿਹਾ, ਇੱਕ ਵਾਰ ਤੁਸੀਂ ਵੀ ਜ਼ਰੂਰ ਦੇਖੋ। ਮੇਰੀ ਗੱਲ ਤਾਂ ਸੁਣੋ, ਮੈਨੂੰ ਥ੍ਰੈਟ ਨੇ, ਮੈਂ ਆਪਣੀ ਲਾਈਫ ਬਚਾਵਾਂ ਕਿ ਕਿਵੇਂ ਘੁੰਮਾਂ, ਤੁਸੀਂ ਦੱਸੋ। ਤੇ ਤੁਸੀਂ ਇਹ ਨਿਊਜ਼ ਇਦਾਂ ਹੀ ਲਾਉਣੀ ਆ ਕਿ ਤੁਹਾਨੂੰ ਕਿਸੇ ਦੀ ਲਾਈਫ ਦੀ ਫਿਕਰ ਹੈ? ਤੁਹਾਡਾ ਫੈਮਿਲੀ ਮੈਂਬਰ ਕਿਸੇ ਪ੍ਰੋਬਲਮ 'ਚ ਹੋਵੇ, ਉਹ ਆਪਦੇ ਆਪ ਨੂੰ ਸੇਵ ਕਰੇ, ਚੰਗੀ ਗੱਲ ਹੈ ਕਿ ਗਲਤ? ਚਲੋ, ਤੁਹਾਡੀ ਮਰਜ਼ੀ ਹੈ ਵੀਰੇ, ਜਿਵੇਂ ਤੁਸੀਂ ਨਿਊਜ਼ ਤੋਂ ਲਾ ਦਿਓ। ਵੀਰੇ, ਗਨਮੈਨ ਕੀ ਕਰਨਗੇ? ਜੇ ਤੁਸੀਂ ਭਰਾ ਤਾਂ ਕੋਈ ਪੋਜ਼ਿਟਿਵ ਨਿਊਜ਼ ਲਾਓ ਨਾ ਮਹਾਰਾਜ। ਪਹਿਲਾਂ ਹੀ ਪੰਜਾਬ ਕਿੰਨਾ ਨਾ ਜਵਾਬੀ ਦੇ ਲਾਈ। ਜਦੋਂ ਕਿਸੇ ਬੰਦੇ ਨੂੰ ਥ੍ਰੈਟ ਹੋਵੇ ਨਾ ਵੀਰੇ, ਉਹ ਚਾਹੁੰਦਾ ਕਿ ਮੈਂ ਆਪਦੇ ਆਪ ਨੂੰ ਪ੍ਰਾਈਵੇਟ ਰੱਖਾਂ, ਇਹ ਮਜਬੂਰੀ ਹੈ, ਤਾਂ ਤੁਸੀਂ ਉਸ ਚੀਜ਼ ਨੂੰ ਇੱਦਾਂ ਪੇਸ਼ ਕਰੋਗੇ, ਤੁਹਾਡੀ ਮਰਜ਼ੀ। ਤਾਂ ਦੋਸਤੋ, ਇਸ ਸਮੇਂ ਦੀ ਵੱਡੀ ਖਬਰ 'ਤੇ ਦੋਸਤੋ ਤੁਸੀਂ ਇਸ ਖਬਰ ਬਾਰੇ ਕੀ ਕਹਿਣਾ ਚਾਹੋਗੇ, ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ। ਅਤੇ ਜੇਕਰ ਕੋਈ ਵੀਰ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਬੈਲ ਵਾਲੀ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਤਾਂ ਕਿ ਚੈਨਲ ਉੱਤੇ ਆਉਣ ਵਾਲੀ ਕਿਸੇ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ। ਅਤੇ ਦੋਸਤੋ, ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ, ਅਤੇ ਜੀਆਂ ਹੋਰ ਅਪਡੇਟਸ ਨੂੰ ਦੇਖਣ ਦੇ ਲਈ ਦੇਖਦੇ ਰਹੋ ਪਾਪੀ ਦੁਨੀਆ ਚੈਨਲ।